ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸੂਰੀ, ਜੀ ਹਾਂ, ਸ਼ਿਵ ਸੈਨਾ ਦਾ ਸੂਰੀ, ਜਿਸ ਨੇ ਕੁਝ ਦਿਨ ਪਹਿਲਾਂ ਬਹੁਤ ਮਾੜੀ ਚੰਗੀ ਬਕਵਾਸ ਕੀਤੀ ਸੀ ਸਿੱਖਾਂ ਬਾਰੇ, ਸਿੱਖ ਧਰਮ ਬਾਰੇ, ਸਿੱਖ ਗੁਰੂਆਂ ਬਾਰੇ, ਜਿਸ ਨੂੰ ਸਿੰਘਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਸੀ ਤੇ ਕਈ ਸਿੰਘ ਆਪਣੇ ਆਪਣੇ ਤਰੀਕੇ ਸੂਰੀ ਦੀ ਮੰਜੀ ਤਸੱਲੀ ਨਾਲ ਠੋਕ ਵੀ ਚੁੱਕੇ ਹਨ ਤੇ ਕਈ ਵਾਰ ਸੂਰੀ ਨੂੰ ਸਾਹਮਣੇ ਲਲਕਾਰ ਚੁੱਕੇ ਹਨ ਕਿ ਜੇਕਰ ਹਿੰਮਤ ਹੈ ਤਾਂ ਕਦੀ ਆਹਮਣੇ ਸਾਹਮਣੇ ਮਿਲ ਤੇ ਫੇਰ ਦੱਸਦੇ ਹਾਂ ਕਿ ਆਖਿਰ ਕਿਸ ਨੇ ਕਿਹਨੂੰ ਕਿਹੜੀ ਵਿੱਦਿਆ ਸਿਖਾਈ ਜਾਂ ਕਿਸ ਨੇ ਕਿਹਨੂੰ ਕੀ ਪੜਾਇਆ। ਹੁਣ ਇੱਕ ਹੋਰ ਸਿੰਘ ਨੇ ਸੂਰੀ ਨੂੰ ਸਿੱਧਾ ਲਲਕਾਰਿਆ ਹੈ ਤੇ ਸੂਰੀ ਖਿਲਾਫ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਤੁਸੀਂ ਰਹਿਣ ਦਿਓ, ਇਹ ਵੀਡੀਓ ਜ਼ਰੂਰ ਕਰਿਓ, ਕਿਉਂਕਿ ਜਿਹੜਾ ਮੈਂ ਮੁੱਦਾ ਲੈ ਕੇ ਆਇਆ ਨਾ, ਇਹ ਮੁੱਦਾ ਆਪਣੇ ਸਿੱਖ ਕੌਮ ਦਾ ਮੁੱਦਾ ਵੈ ਤੇ ਇਹ ਜ਼ਰੂਰੀ ਮੈਨੂੰ ਲਾਈਵ ਜ਼ਰੂਰ ਹੋਣਾ ਪੈਣਾ ਸੀ। ਮੈਨੂੰ ਸਾਰੇ ਵੀਰ ਕਹਿੰਦੇ ਵੀਰ ਤੂੰ ਲਾਈਵ ਨਹੀਂ ਹੋਇਆ, ਤੂੰ ਲਾਈਵ ਹੋ ਤਾਂ ਫਿਰ ਮੇਰਾ ਵੀਰ ਇਸ ਚੀਜ਼ ਦਾ ਪਤਾ ਲੱਗੇ, ਹੈ ਨਾ। ਮੈਂ ਇਸ ਕਰਕੇ ਲਾਈਵ ਹੋਇਆ, ਤੁਸੀਂ ਸਾਰੇ ਵੀਰਾਂ ਨੇ ਇੱਕ ਵੀਡੀਓ ਦੇਖੀ ਹੋਣੀ ਹੈ ਤੁਸੀਂ, ਜਿਹਦੇ ਵਿੱਚ ਸੂਰੀ, ਸ਼ਿਵ ਸੈਨਾ ਵਾਲਾ ਸੂਰੀ ਅੰਮ੍ਰਿਤਸਰ ਤੋਂ, ਉਹ ਕਾਫੀ ਗਾਲੀ ਗਲੋਚ ਗਲਤ ਬੋਲਣ ਦਿਆ ਆਪਣੇ ਸਿੱਖਾਂ ਬਾਰੇ ਵੀ ਸਿੱਖ ਕੌਮ ਇੱਦਾਂ ਜੇ ਆ, ਬਸ 2% ਹੈ, ਮਸਲ ਕੇ ਰੱਖ ਦਾਂਗਾ ਮੈਂ, ਕਰ ਦਾਂਗਾ ਉਹ ਕਰ ਦਾਂਗਾ। ਉਹਦੇ ਨਾਲ ਚਾਰ ਬੰਦੇ ਬੈਠੇ ਕਿ ਨਹੀਂ ਬੈਠੇ ਮੈਨੂੰ ਨਹੀਂ ਪਤਾ, ਕਿ ਚਾਰ ਕੁ ਜਿਹੜੇ ਉਹਨੇ ਆਪਣੇ ਬਿਠਾਏ, ਗੱਲ ਦਫ਼ਤਰ 'ਚ ਹੀ ਰੌਲਾ ਪਾਉਂਦੇ ਆ ਕਿ ਜਕਾਰੇ ਜੇ ਬੋਲੀ ਜਾਂਦੇ ਪਿੱਛੇ, ਹਾਂ ਵੀ ਹਾਂ ਆ ਇਹਦੀ ਜੈ ਉਹਦੀ ਜੈ। ਵੀਰ ਅਸੀਂ ਯਾਰ ਆ ਮੇਰੇ ਨਾਲ ਆ, ਮੇਰੇ ਖਿਆਲ ਨਾਲ ਹਿੰਦੂ ਵੀਰ ਵੀ ਦੇਖਣ ਦੇ ਹੋਣੇ ਵਿੱਚ ਮੇਰੀ ਵੀਡੀਓ, ਤੁਸੀਂ ਕਦੀ ਵੀ ਦੱਸੋ ਅਸੀਂ ਲਾਈਵ ਹੋਏ ਜਿੱਦਣ ਕਦੀ ਹਿੰਦੂਆਂ ਨੂੰ ਮਾੜਾ ਕਿਹਾ ਜਾਂ ਇਹ ਹਿੰਦੂਆਂ ਦੇ ਵਰਖਿਲਾਫ਼ ਬੋਲੇ। ਅਸੀਂ ਯਾਰ ਕਿਉਂਕਿ ਅਸੀਂ ਯਾਰ ਕੋਈ ਵੀ ਧੀ ਭੈਣ ਕਿਸੇ ਦੀ ਕੋਈ ਲੰਘਦੀ ਹੈ, ਕੋਈ ਕਿਸੇ ਨੂੰ ਛੇੜਦਾ ਵੈ, ਅਸੀਂ ਯਾਰ ਹਰੇਕ ਦੇ ਅੱਗੇ ਖੜ ਜਾਈਦਾ, ਉਹ ਭਾਵੇਂ ਹਿੰਦੂ ਦੀ ਹੋਵੇ, ਮੁਸਲਮਾਨ ਦੀ ਹੋਵੇ, ਸਿੱਖ ਦੀ ਹੋਵੇ। ਅਬਲ ਤਾਂ ਤੁਹਾਨੂੰ ਵੀ ਪਤਾ ਸਿੱਖ ਦੀ ਕੋਈ ਭੈਣ ਧੀ ਭੈਣ ਨੂੰ ਹਜੇ ਤੱਕ ਮੈਂ ਛੇੜਦੀ ਵੇਖੀ ਨਹੀਂ, ਕਿਉਂਕਿ ਸ਼ੇਰਾਂ ਦੀ ਰਾਖੀ, ਸ਼ੇਰਾਂ ਦੇ ਘਰਾਂ ਦੀ ਰਾਖੀ ਨਹੀਂ ਕਰਨੀ ਪੈਂਦੀ, ਹੈ ਨਾ। ਉਸ ਤੋਂ ਬਾਅਦ ਮੇਰਾ ਵੀ ਤੁਸੀਂ ਸਾਰੇ ਭਰਾ ਮੈਂ ਯਾਰ, ਅਤੇ ਆਹ ਸੂਰੀ ਕਿਹੜੇ ਚੱਕਰਾਂ 'ਚ ਪਿਆ, ਇਹ ਮੈਂ ਕੱਲ੍ਹ ਨੂੰ ਪਰਸੋਂ ਨੂੰ 8 ਤਰੀਕ 10 ਵਜੇ ਅੰਮ੍ਰਿਤਸਰ ਮੈਂ ਇਕੱਠ ਕਰ ਰਿਹਾ ਮਾਲ ਮੰਡੀ ਦੇ ਵਿੱਚ, ਮਾਲ ਮੰਡੀ 'ਚ ਮੈਂ ਇਕੱਠ ਕਰ ਰਿਹਾ ਵੱਧ ਤੋਂ ਵੱਧ ਜਿਹੜਾ ਮੇਰਾ ਵੀਰ ਲਾਗੇ ਦੇਖਦਾ ਹੋਵੇ ਜਾਂ ਕੋਈ ਮੇਰਾ ਵੀਰ ਇਸ ਟਾਈਮ ਵੀਡੀਓ ਦੇਖਣ ਦਿਆ ਜਾਂ ਬਾਅਦ 'ਚ ਦੇਖੇਗਾ। ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਕਿਉਂਕਿ ਤੁਸੀਂ ਮੇਰਾ ਵੀਰ ਪਹੁੰਚਣਾ ਜ਼ਰੂਰ ਹੈ ਮਾਲ ਮੰਡੀ, ਕਿਉਂਕਿ ਇਹ ਆਪਣਾ ਆਪਾਂ ਲੋਕ ਪਹੁੰਚਦੇ ਨਹੀਂ, ਆਪਾਂ ਲੋਕ ਪ੍ਰਸ਼ਾਸਨ ਨੂੰ ਪੁੱਛਦੇ ਨਹੀਂ, SSP IG DIG ਨੂੰ ਆਪਾਂ ਪੁੱਛਦੇ ਨਹੀਂ ਜਾ ਕੇ ਵੀ ਸਾਡੇ ਵਰਖਿਲਾਫ਼ ਕਿਉਂ ਬੋਲਿਆ ਜਾਂਦਾ, ਇਹ ਸੂਰੀ ਕਿਉਂ, ਕੀ ਗੱਲ ਸਰਕਾਰਾਂ ਨੇ ਇਹਨੂੰ ਸ਼ਹਿ ਦਿੱਤੀ ਹੋਈ ਹੈ, ਇਹ ਮਾਹੌਲ ਖਰਾਬ ਕਰਨਾ ਚਾਹੁੰਦਾ ਇੰਡੀਆ ਦਾ, ਫਿਰ ਪੰਜਾਬ ਦਾ, ਇਸ ਗੱਲ ਦਾ ਤਾਂ ਆਪਾਂ ਪੁੱਛ ਸਕਦੇ ਹਾਂ ਨਾ ਸਰਕਾਰ ਕੋਲੋਂ ਜਾਂ ਕਿਸੇ ਕੋਲੋਂ, ਮਤਲਬ ਵੋਟਾਂ ਪਾਉਂਦੇ ਅਸੀਂ ਉਹਨਾਂ ਨੂੰ, ਸਰਕਾਰਾਂ ਨੂੰ ਬਣਾਉਂਦੇ ਹਾਂ, ਅਸੀਂ ਇਹ ਤਾਂ ਪੁੱਛ ਸਕਦੇ ਹਾਂ ਵੀ ਸੂਰੀ ਇਸ ਕਿਹੜੀ ਗੱਲੋਂ ਬੋਲਦਾ ਵੈ, ਕਿਹੜੀ ਗੱਲੋਂ ਇਹ ਐਡਾ ਬਕਵਾਸ ਕਰਦਾ ਵੈ ਕਿ ਹਾਂ ਵੀ ਆਹ ਗੱਲਬਾਤ ਹੈ, ਜੇ ਉਹ ਵੀ ਇੱਦਾਂ ਮੈਂ ਸਿੱਖਾਂ ਨੂੰ ਐਂ ਕਰ ਦੂੰ, ਮੈਂ ਉਹ ਕਰ ਦੂੰ, ਤੁਸੀਂ ਇੱਕ ਮਾਰੋਗੇ ਮੈਂ 10 ਮਾਰੂੰਗਾ, ਇਹਦਾ ਮਤਲਬ ਮਰਾਉਣਾ ਚਾਹੁੰਦਾ ਫਿਰ ਕੋਈ ਨਾ ਕੋਈ। ਅਸੀਂ ਤਾਂ ਖੁਸ਼ੀ ਮੰਗਦੇ ਹਾਂ, ਅਸੀਂ ਤਾਂ ਖੁਸ਼ੀ ਮੰਗਦੇ ਹਾਂ, ਕੋਈ ਬੰਦਾ ਵੀ ਸਾਡਾ ਵੀਰ ਮੈਨੂੰ ਦੱਸੋ ਵੀ ਕੋਈ ਗਲਤ ਬੋਲਦਾ, ਇਸ ਕਰਕੇ ਮੈਂ ਇਕੱਠ ਕਰ ਰਿਹਾ
8 ਤਰੀਕ 10 ਵਜੇ ਮਾਲ ਮੰਡੀ ਪਹੁੰਚਣਾ ਮੇਰੇ ਵੀਰਾਂ ਨੇ ਸਾਰਿਆਂ ਨੇ, ਵੱਧ ਤੋਂ ਵੱਧ ਸ਼ੇਅਰ ਕਰਨੀ, ਹਰੇਕ ਬੰਦੇ ਤੱਕ ਵੀਡੀਓ ਪਹੁੰਚੇ, ਕਿਉਂਕਿ ਇੱਥੇ ਲੋੜ ਆ, ਹੁਣ ਲੋੜ ਆ ਸਿੱਖ ਇਕੱਠੇ ਹੋਣ ਦੀ, ਉੱਥੇ ਪਹੁੰਚਣ ਦੀ, ਉੱਥੇ ਗੱਲਬਾਤ ਕਰਨ ਦੀ, ਪ੍ਰਸ਼ਾਸਨ ਨੂੰ ਪੁੱਛਣ ਦੀ ਵੀ ਇਹ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਐਡਾ ਫਜ਼ੂਲ ਬੋਲਦਾ, ਮੈਂ ਕਰ ਦੂੰ ਸਿੱਖਾਂ ਨੂੰ, ਮੈਂ ਉਹ ਕਰ ਦੂੰ, ਮੈਂ ਇੱਦਾਂ, ਮੈਂ ਮੈਨੂੰ ਇੰਨਾ ਹੱਕ ਨਹੀਂ, ਮੈਂ ਪਰ ਫਿਰ ਵੀ ਬੋਲਦਾ, ਮੈਂ ਜ਼ੁਰਤ ਰੱਖਦਾ। ਮੈਂ ਤੁਹਾਨੂੰ ਇਹ ਇਸ ਕਰਕੇ ਦੱਸੀ ਜਾਂਦਾ ਕਿਉਂਕਿ ਜੇ ਤੁਸੀਂ ਇਹ ਚੀਜ਼ ਨੂੰ ਤੁਸੀਂ ਠੰਡਾ ਪਾਉਣਾ ਚਾਹੁੰਦੇ ਹੋ, ਇਹ ਚੀਜ਼ ਨੂੰ ਠੰਡਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਵੀਰ, ਸਾਰੇ ਵੀਰ ਲਾਈਵ ਚੜ੍ਹੋ, ਜਾਂ ਮੇਰਾ ਵੀਰ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰੋ, ਜਿਹੜੀ ਇਹ ਹਰੇਕ ਵੀਰ ਕੋਲੋਂ, ਹਰੇਕ ਭਰਾ ਕੋਲ ਪਹੁੰਚ ਜੇ, ਕਿ ਮੈਂ ਪਰਸੋਂ ਨੂੰ ਸੂਰੀ ਵਰ ਖਿਲਾਫ਼ ਗੱਲ ਕਰ ਸਕਾਂ SSP ਨਾਲ, IG ਨਾਲ, ਹੋ ਸਕਿਆ ਤਾਂ ਮੈਂ ਰੋਡ ਵੀ ਬੰਦ ਕਰਾਂਗਾ ਜੇ ਇਸ ਦੇ ਵਿੱਚ, ਕਿਉਂਕਿ ਕੋਈ ਆਪਣਾ ਸਿੱਖ ਵੀਡੀਓ ਚਾੜ ਦੇਵੇ, ਕੋਈ ਗੱਲਬਾਤ ਕਰਦੇ ਕਿਸੇ ਧਰਮ ਬਾਰੇ ਜਾਂ ਖਾਲਿਸਤਾਨ ਬਾਰੇ ਕੋਈ ਗੱਲ ਕਰਦੇ ਅਤੇ ਸਰਕਾਰ ਇੱਕ ਮਿੰਟ 'ਚ ਪਰਚਾ ਦੇ ਦਿੰਦੀ ਆ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਸੂਰੀ ਦਾ ਪਰਚਾ ਕਿਉਂ ਨਹੀਂ ਕੱਟਿਆ ਜਾ ਰਿਹਾ, ਸੂਰੀ ਨੂੰ ਕਿਉਂ ਨਹੀਂ ਅੰਦਰ ਦਿੱਤਾ ਜਾ ਰਿਹਾ, ਕਿ ਵਾਰ ਵਾਰ ਉਹ ਕੌਮ ਦੇ ਬਾਰੇ ਬੋਲਦਾ ਵੈ, ਇਹ ਕਿੱਥੋਂ ਹੱਕ ਦਿੱਤਾ ਹੋਇਆ, ਕਿਹੜੇ ਕਾਨੂੰਨ 'ਚ ਲਿਖਿਆ ਕਿ ਅਸੀਂ ਕਿਸੇ ਦੇ ਧਰਮ ਬਾਰੇ ਮਾੜਾ ਬੋਲੀਏ, ਇਹ ਸਾਡੇ ਧਰਮ ਬਾਰੇ ਮਾੜਾ ਬੋਲਦਾ ਵਾਰ ਵਾਰ, ਮੈਂ ਕਰ ਦੂੰ ਲੜਨ ਦੀਆਂ ਗੱਲਾਂ ਕਰਦਾ ਤੇ ਫਿਰ ਪ੍ਰਸ਼ਾਸਨ ਨੂੰ ਕਹਿਣਾ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਆਪਣਾ ਆਪ ਹੱਕ ਲੈ ਸਕਦੇ ਹਾਂ, ਆਪ ਲੜ ਸਕਦੇ ਹਾਂ, ਅਸੀਂ ਆਪਣਾ ਜਵਾਬ ਆਪ ਦੇ ਸਕਦੇ ਜੋ ਤੁਹਾਡੇ 'ਚ ਦਮ ਨਹੀਂ ਤਾਂ, ਠੀਕ ਨਹੀਂ। ਪ੍ਰਸ਼ਾਸਨ ਇਹ ਚੀਜ਼ ਨਹੀਂ ਨਾ ਕਿ ਹਰ ਵਕਤ ਸਿੱਖ ਨੂੰ ਦਬਾਇਆ ਜਾਵੇ, ਜਿੱਥੇ ਕੋਈ ਗੱਲ ਹੁੰਦੀ ਹੈ ਜੇ ਬਾਰਡਰਾਂ ਦੀ ਗੱਲ ਹੈ ਤਾਂ ਸਾਡੇ ਸਿੱਖ ਅੱਗੇ ਆ, ਹੈ ਕੋਈ ਵੀ ਇੱਥੇ ਅੱਜ ਕੱਲ੍ਹ ਤਾਂ ਬੋਡੀ ਆਉਂਦੀ ਆ, ਤੁਸੀਂ ਦੇਖੀਆਂ ਫੌਜੀ ਦੀ, ਫੌਜੀ ਸ਼ਹੀਦ ਹੋ ਗਿਆ ਜੀ, ਫੌਜੀ ਉੱਥੋਂ ਆਇਆ, ਦੇਖਿਆ ਸਿੱਖ ਹੀ ਹੁੰਦਾ, ਸਰਦਾਰ ਹੀ ਹੁੰਦਾ। ਯਾਰ ਕਿਉਂ ਤੁਸੀਂ ਮਾਹੌਲ ਖਰਾਬ ਕਰਨਾ ਲਾਇਆ, ਮੈਂ ਸੂਰੀ ਨੂੰ ਇਹ ਪੁੱਛਣਾ ਚਾਹੁੰਦਾ ਕਿਉਂ ਤੂੰ ਮਾਹੌਲ ਖਰਾਬ ਕਰਨਾ ਲਾਇਆ ਇਹ ਚੀਜ਼ ਦਾ, ਕੀ ਗਾ ਰੋਟੀ ਨਹੀਂ ਪਚਦੀ ਤੈਨੂੰ। ਇਸ ਕਰਕੇ ਮੇਰਾ ਵੀਰ ਇਹ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰਿਓ, ਮੈਂ ਫਿਰ ਤੁਹਾਡੇ ਅੱਗੇ ਦੋ ਹੱਥ ਜੋੜ ਕੇ ਗੱਲ ਕਰਦਾ, ਬੇਨਤੀ ਕਰਦਾ ਮੇਰਾ ਵੀਰ, ਕਿਉਂਕਿ ਮੈਂ ਪਰਸੋਂ ਇਕੱਠ ਕਰਨਾ ਉੱਥੇ ਸਾਰੇ ਸਿੰਘ ਇਕੱਠੇ ਹੋਣ, ਅਤੇ ਅਸੀਂ ਇਹ ਚੀਜ਼ ਦਾ ਪੁੱਛ ਤਾਂ ਸਕੀਏ ਵੀ ਸੂਰੀ ਕਿਉਂ ਸਾਡੇ ਵਰਖਲਾ ਬੋਲਦਾ, ਵੀ ਕਿਹੜੀ ਗੱਲ ਹੈ। ਅਸੀਂ ਚਲੋ ਲੜਨ ਲੜਾਈ ਦਾ ਮੁੱਦਾ ਪਹਿਲਾਂ ਨਹੀਂ ਚੱਕਦੇ, ਅਸੀਂ ਮੌਕਾ ਦੇਣਾ ਚਾਹੁੰਦੇ ਇਸ ਚੀਜ਼ ਨੂੰ, ਪਹਿਲਾਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ, ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਦੱਸੋ ਇਸ ਗੱਲ ਬਾਰੇ, ਕਿਉਂਕਿ ਜੇ ਆਪਾਂ ਇਹ ਚੀਜ਼ ਦਾ ਜਵਾਬ ਨਾ ਮੰਗਿਆ, ਇਹ ਬੰਦੇ ਦਾ ਪੈ ਗਿਆ ਮੂੰਹ, ਇਹ ਵਾਰ ਵਾਰ ਚੱਕ ਕੇ ਸਿੱਖਾਂ ਬਾਰੇ ਬੋਲਦਾ, ਗਲਤ ਬੋਲਦਾ, ਵੀਡੀਓ ਚਾੜਦਾ, ਅੱਗਿਓਂ ਬਕਵਾਸ ਕਰਦਾ, ਮੈਂ ਕਰ ਦੂੰ, ਮੈਂ ਉਹ ਕਰ ਦੂੰ, ਇਹ 2% ਆ। ਯਾਰ ਪ੍ਰਸ਼ਾਸਨ ਲਿਖ ਕੇ ਦੇ ਦੇ, ਤੈਨੂੰ ਮੈਂ 2% ਹੀ ਦੱਸ ਦੂੰ ਕਿੰਨੇ ਹੁੰਦੇ ਆ, ਠੀਕ ਨਹੀਂ। ਅਸੀਂ ਕਹਿੰਦੇ ਹਾਂ ਛੱਡ ਯਾਰ, ਮਾਹੌਲ ਬਣਿਆ ਪੰਜਾਬ ਦਾ ਬਣਿਆ ਰਹੇ, ਬੜੀ ਸ਼ਾਂਤੀ ਆ ਹੁਣ, ਅਸੀਂ ਤਾਂ ਅੱਗੇ ਨਸ਼ਿਆਂ ਲੋਏ ਸਾਰੀ ਦੁਨੀਆ, ਨਸ਼ਿਆਂ ਲੋਈ ਵੀ ਚੱਲ ਨਸ਼ੇ ਛਡਾਓ ਯਾਰ, ਆਹ ਕੰਮ ਕਰੋ, ਵੋ ਕਰੋ। ਅੱਜ ਮੈਂ ਬੜਾ ਧੰਨਵਾਦੀ ਹਾਂ ਸਤਿਕਾਰ ਕਮੇਟੀ ਦਾ, ਜਿਹਨਾਂ ਨੇ ਰੈਲੀਆਂ 'ਚ ਕੱਢੀਆਂ, ਰੋਡ ਮਾਰਚ ਕੱਢੇ, ਅਤੇ ਮੈਂ ਯਾਰ ਇਸ ਗੱਲ ਨੂੰ ਮਾੜਾ, ਜੇ ਮੇਰਾ ਕੋਈ ਵੀ ਤੁਹਾਨੂੰ ਸਵਾਲ ਮਾੜਾ ਲੱਗਾ ਮੇਰੇ ਵੀਰਾਂ ਨੂੰ, ਵਿੱਚ ਭਾਵੇਂ ਹਿੰਦੂ ਵੀਰ ਵੀ ਹੋਵੇ ਕੋਈ, ਜੇ ਮਾੜਾ ਲੱਗਾ ਅੱਗੇ ਉਹਦੇ ਵਿੱਚ ਇਹ ਵੀ ਬੋਲਿਆ, ਮੈਂ ਮੁਸਲਮਾਨਾਂ ਨੂੰ ਵੀ ਚੈਲੰਜ ਕਰਦਾ, ਮੈਂ ਉਹਨਾਂ ਦੇ ਘਰ ਇੱਦਾਂ ਕਰੂੰਗਾ, ਮੈਂ ਉਹ ਸਾਨੂੰ ਕਹਿੰਦੇ ਸੀ ਅਸੀਂ ਉੱਥੇ ਨਮਾਜ਼ ਪੜਾਂਗੇ, ਐਂ ਮੋਦੀ ਨੂੰ ਛੱਡੋ ਮੈਂ ਬੈਠਾ, ਮੇਰੇ ਨਾਲ ਆਪਣੇ ਪਿਓ ਨਾਲ ਦੇਖੋ। ਯਾਰ ਬੜੀ ਵੱਡੀ ਗੱਲ ਆ, ਇਹ ਤਾਂ ਸਾਲਾ ਧੱਕਾ ਹੀ ਹੋ ਗਿਆ ਨਾ ਜਮਾਂ ਜਮਾਂ, ਜੇ ਅਸੀਂ ਹੁਣ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ ਵੀਰੇ, ਮੈਂ ਇਸੇ ਕਰਕੇ ਕੱਲ੍ਹ ਨੂੰ ਪ੍ਰਸ਼ਾਸਨ ਕੋਲ ਜਾਣਾ ਪਹਿਲਾਂ, ਕੋਈ ਮੁੱਦਾ ਨਹੀਂ ਚੱਕਦਾ। ਕੋਈ ਸਿੰਘ ਉੱਠਿਆ ਮੈਨੂੰ ਦੱਸੋ, ਸੂਰੀ ਨੇ ਇੰਨੀ ਵਾਰੀ ਬਕਵਾਸ ਕੀਤਾ, ਕੋਈ ਸਿੰਘ ਉੱਠਿਆ? ਇਸੇ ਕਰਕੇ ਮੇਰਾ ਵੀਰ ਮੈਂ ਪ੍ਰਸ਼ਾਸਨ ਨੂੰ ਇੱਕ ਵਾਰੀ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਮੁੱਦਾ ਬਿਠਾਓਗੇ ਤਾਂ ਪਰਚਾ ਕੱਟੋਗੇ, ਦਰਖਾਸਤ ਉਹਦੀ ਸਾਡੇ ਕੋਲੋਂ ਲਓਗੇ,
ਉੱਥੇ ਪਰਚਾ ਕੱਟੋ ਕਿ ਜਿਹੜਾ ਬਕਵਾਸ ਕਰਦਾ, ਨਹੀਂ ਤਾਂ ਫਿਰ ਆਪਣੀ ਕਾਰਵਾਈ ਕਰਦਾ, ਜਿਹੜੀ ਅਸੀਂ ਕਰ ਲਵਾਂਗੇ ਸਾਨੂੰ ਲਿਖ ਕੇ ਦੇ ਦਿਓ। ਫਿਰ ਅਸੀਂ ਲਿਖਤ ਰੂਪ 'ਤੇ ਐਸ ਐਸ ਪੀ ਕੋ, ਆਈ ਜੀ ਕੋ, ਕਿਸੇ ਕੋ ਵੀ, ਡੀ ਆਈ ਜੀ ਕੋ ਅਸੀਂ ਆਪ ਖੁਦ ਪੇਸ਼ ਹੋਵਾਂਗੇ। ਕੈਪਟਨ ਤੱਕ ਤਾਂ ਮੈਂ ਆਸ ਨਹੀਂ ਰੱਖਦਾ ਕਿਸੇ ਚੀਜ਼ ਦੀ ਵੀ। ਸਰਕਾਰਾਂ ਨੂੰ ਤਾਂ ਬਣਾਉਣ ਵਾਲੇ ਵੀ ਅਸੀਂ, ਵਿਗਾੜਨ ਵਾਲੇ ਵੀ ਅਸੀਂ। ਮੈਂ ਤਾਂ ਇਹੋ ਕਹੂੰਗਾ ਜਿੰਨੇ ਮੇਰੇ ਵੀਰ ਮੇਰੇ ਭਰਾ ਵੇਖਦੇ ਆ, ਲੱਖਾਂ ਹੀ ਬੰਦਿਆਂ ਕੋਲ ਵੀਡੀਓ ਮੇਰੀ ਪਹੁੰਚਦੀ ਆ, ਕਰੋੜਾਂ ਇੱਕ ਵੀਡੀਓ ਦੇ ਮੈਂ 4 ਕਰੋੜ ਵਿਊ ਦੇਖੇ। ਮੈਂ ਕਹਿੰਦਾ 4 ਕਰੋੜ ਤੱਕ ਵੀਡੀਓ ਮੇਰੀ ਪਹੁੰਚਦੀ ਯਾਰ, ਉਹਦੇ ਵਿੱਚ ਨਾ ਇੱਕ ਪੰਜਾਬੀ ਪੈਰਸ ਪੇਜ, ਸੋਰੀ ਪੰਜਾਬੀ ਪੈਰਸ ਤੋਂ ਮੈਂ ਲਾਈਵ ਹੁੰਦਾ, ਇੱਕ ਟੋਨੀ ਜੈਦ ਔਫੀਸ਼ੀਅਲ ਮੇਰਾ ਪੇਜ ਚੱਲਦਾ, ਕਿਉਂਕਿ ਇਸ ਪੇਜ ਨੂੰ ਕਾਪੀ ਬਹੁਤ ਕਰ ਲਿਆ, 4-5-10 ਬੰਦਿਆਂ ਨੇ, 15 ਬੰਦਿਆਂ ਨੇ ਕਾਪੀ ਕਰ ਲਿਆ, ਉਹੀ ਨਾਂ ਦਾ ਪੇਜ ਬਣਾ ਕੇ ਤੋਂ ਵੀਡੀਓ ਮੇਰੀ ਗਾਂਹ ਤੋਂ ਗਾਂਹ ਸ਼ੇਅਰ ਕਰਦੇ ਆ ਵੀ ਪੈਸੇ ਕਮਾਉਣ ਦੇ ਮਾਰੇ। ਹੈ ਨਾ, ਅਸੀਂ ਪੈਸਿਆਂ ਵਾਸਤੇ ਸਾਨੂੰ ਕੋਈ ਲੋੜ ਨਹੀਂ ਯਾਰ, ਅਸੀਂ ਇਸ ਚੀਜ਼ ਨੂੰ ਸੋਚਦੇ ਹਾਂ ਕਿ ਜਿਹੜੀ ਸ਼ੇਅਰ ਕੀਤੀ ਜਾਵੇ ਵੀਡੀਓ ਹਰੇਕ ਕੋ ਪਹੁੰਚੇ, ਕਿ ਕਿਸੇ ਨਾ ਕਿਸੇ ਬੰਦੇ ਦੇ ਦਿਮਾਗ 'ਚ ਪਵੇ। ਤੁਹਾਡੀ ਸ਼ੇਅਰ ਕੀਤੀ, ਮੈਨੂੰ ਲੱਖਾਂ ਹੀ ਫੋਨ ਆਉਂਦੇ, ਲੱਖਾਂ ਹੀ ਭੈਣਾਂ ਆ ਕੇ ਰੋਂਦੀਆਂ ਮੇਰੇ ਕੋਲ ਵੀ ਸਾਡਾ ਘਰ ਵਸਾ ਦਿਓ, ਸਾਡਾ ਆਹ ਪ੍ਰੋਬਲਮ ਹੈ। ਇਹ ਤੁਹਾਡੀ ਸ਼ੇਅਰ ਕਰਦੇ, ਮੇਰੇ ਕੰਮ ਕਰਨ ਨਾਲ ਤੁਹਾਨੂੰ ਜ਼ਿਆਦਾ ਸੀਸਾਂ ਮਿਲਦੀਆਂ ਮੇਰੇ ਵੀਰੋ। ਇਸ ਕਰਕੇ ਮੈਂ ਕਹਿੰਦਾ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਹੜੀ ਹਰੇਕ ਸਿੰਘ ਕੋਲ ਪਹੁੰਚੇ, ਜਿਹੜੀ ਯਾਰ ਸਾਨੂੰ ਵੀ ਪਤਾ ਲੱਗੇ ਮੇਰਾ ਵੀਰ, ਕਿ ਸਾਰੀ ਦੁਨੀਆਂ ਨੂੰ ਪਤਾ ਲੱਗੇ ਸਾਰੇ ਸਿੰਘ ਉੱਥੇ ਪਹੁੰਚਣੇ। ਇੱਕ ਵਾਰੀ ਇਕੱਠ ਇਹੋ ਜਿਹਾ ਇਕੱਠ ਸਾਰੇ ਦੇਖਣ, ਸੂਰੀ ਵੀ ਦੇਖੇ ਅੰਮ੍ਰਿਤਸਰ ਦੇ ਵਿੱਚ ਇਕੱਠ, ਵੀ ਇੰਨਾ ਇਕੱਠ ਮੇਰੇ ਬੋਲਾਂ 'ਤੇ ਹੋ ਗਿਆ, ਮਤਲਬ ਵੀ ਮੈਂ ਗਲਤ ਹੈ ਬੰਦਾ। ਗੱਲ ਨਹੀਂ ਸੂਰੀ ਜੁੱਤੀ ਦਾ ਕੱਚਾ ਵੀਰੇ ਹੈ, ਜੁੱਤੀ ਦਾ ਕੱਚਾ। ਪਰ ਮੈਂ ਆਪਣੇ ਵੱਲੋਂ ਇੱਕ ਪ੍ਰਸ਼ਾਸਨ ਦੀ ਇੱਕ ਸਲਾਹ ਮੈਂ ਲੈਣਾ ਚਾਹੁੰਦਾ, ਇੱਕ ਵਾਰੀ ਪੁੱਛਣਾ ਚਾਹੁੰਦਾ ਵੀ ਇਹਨੂੰ ਅੰਦਰ ਦਿਓ, ਇਹਦਾ ਪਰਚਾ ਕੱਟੋ ਜਿਹੜਾ ਗਲਤ ਬੋਲਣ ਦਿਆ। ਨਹੀਂ ਹੋਇਆ ਜਿੱਦਾਂ ਤੁਸੀਂ ਮੇਰੇ ਭਰਾ ਕਹੋਗੇ, ਮੇਰੇ ਵੀਰ ਕਹੋਗੇ, ਅਸੀਂ ਪ੍ਰਸ਼ਾਸਨ ਕੋਲ ਲਿਖ ਕੇ ਲੈ ਲਾਂਗੇ ਵੀ ਇੱਥੇ ਸਾਨੂੰ ਲਿਖ ਕੇ ਦਿਓ, ਵੀ ਅਸੀਂ ਆਪਣੇ ਆਪ ਨਿਬੜ ਲਈਏ। ਫਿਰ ਤਾਂ ਵੱਡੇ ਤੋਂ ਵੱਡਾ ਬੰਦਾ ਮੈਦਾਨ ਛੱਡ ਕੇ ਭੱਜੇਗਾ ਵੀਰ। ਇਸ ਗੱਲ ਨੂੰ ਮੈਂ ਤੁਹਾਡਾ ਵੀਰ ਧੋਨੀ ਦਲਜੀਤ ਸਿੰਘ ਮੈਂ ਚੈਲੰਜ ਕਰਦਾ ਇਸ ਗੱਲ ਨੂੰ, ਫਿਰ ਮੈਂ ਦੱਸੂੰਗਾ। ਆਹ ਮੇਰਾ ਵੀਰ ਕੋਈ ਉਰਦੂ ਲਿਖਣ ਦਿਆ, ਮੇਰਾ ਵੀਰ ਮੈਨੂੰ ਪੜ੍ਹਨੀ ਨਹੀਂ ਆਉਂਦੀ, ਸੋਰੀ। ਪਰ ਯਾਰ ਬਹੁਤ ਬੋਲਿਆ ਤੁਹਾਡੇ ਬਾਰੇ, ਸਾਡੇ ਬਾਰੇ, ਤੁਸੀਂ ਸਾਡੇ ਭਰਾ ਹੋ ਯਾਰ, ਸਾਰੇ ਹੀ ਹਿੰਦੂ ਵੀ ਭਰਾ ਹੀ ਆ, ਪਰ ਇੱਕ ਬੰਦਾ ਯਾਰ ਹੋਰ ਹਿੰਦੂ ਕਿਉਂ ਨਹੀਂ ਬੋਲਦੇ ਸਾਡੇ ਵਰਖਲਾਫ, ਸਾਰੇ ਵੀਰ ਵਧੀਆ ਵੈ। ਆਹ ਇੱਕ ਹੀ ਬੰਦਾ ਜਿਹੜਾ ਮੈਂ ਕਹਿੰਦਾ ਟਿਕਣ ਨਹੀਂ ਦਿਆ ਕਦੀ ਸਿੱਖਾਂ ਨੂੰ, ਇੱਦਾਂ ਸੁੱਖਾਂ ਨੂੰ ਉੱਦਾਂ, ਤੂੰ ਆਹ ਦਾੜੀ ਅੜੜੀ ਰੱਖੀ ਆ, ਹੈਂ ਤੇਰਾ ਖਾਲੇ ਦਿਮਾਗ ਹੀ ਖਰਾਬ ਹੋ ਗਿਆ। ਮੈਂ ਕਹਿੰਦਾ ਤੂੰ ਮੈਨੂੰ ਇਹ ਦੱਸੀ, ਮੇਰਾ ਵੀਰ ਕੱਲ੍ਹ ਨੂੰ ਪ੍ਰਸ਼ਾਸਨ ਕੋਲ ਜਾਣ ਦਿਓ ਮੈਨੂੰ, ਸਰਵਿਸ ਭਾਲਦਾ ਵੀਰੇ, ਇਹ ਗੱਲ ਸੱਚ ਹੈ ਤੇਰੀ। ਮੈਂ ਪਰ ਇੱਕ ਗੱਲ ਕਰਦਾ, ਭਾਅ ਜੀ ਕੀ ਹਾਲ ਨੇ, ਵਧੀਆ ਵੀਰੇ ਵਧੀਆ, ਮੈਂ ਇੱਕ ਗੱਲ ਕਰਦਾ ਵੀ ਸਾਡਾ ਇੱਕ ਵਾਰੀ ਫਰਜ਼ ਬਣਦਾ ਪ੍ਰਸ਼ਾਸਨ ਕੋਲ ਜਾਣ ਨੂੰ, ਕਿਉਂਕਿ ਪ੍ਰਸ਼ਾਸਨ ਇੱਕ ਇਹੋ ਜਿਹੀ ਚੀਜ਼ ਆ, ਕੱਲ੍ਹ ਨੂੰ ਕੋਈ ਵੀ ਆਪਣੇ ਸਿੰਘ ਵੀਰ 'ਤੇ ਕੋਈ ਐਕਸ਼ਨ ਨਹੀਂ ਲੈ ਸਕਦਾ, ਕੋਈ ਕਿਸੇ 'ਤੇ ਵੀ ਅਸੀਂ ਉਹਦੇ ਕੋਲ ਗਏ ਲਿਖਤ ਪੜ੍ਹਤ 'ਚ ਲਵਾਂਗੇ, ਅਸੀਂ ਅਕਾਲ ਤਖ਼ਤ ਤੱਕ ਵੀ ਜਾਵਾਂਗੇ, ਉਹਨਾਂ ਕੋਲ ਵੀ ਅਸੀਂ ਇਹ ਜਵਾਬ ਮੰਗਾਂਗੇ ਵੀ ਤੁਸੀਂ ਦੱਸੋ ਜਿਹੜੇ ਜਥੇਦਾਰ ਹੋ ਕੇ ਤੁਸੀਂ ਇਹੜੀਆਂ ਗੱਲਾਂ ਬਾਤਾਂ, ਤੁਸੀਂ ਕੋਈ ਕਦਮ ਨਹੀਂ ਚੱਕਣ ਨੇ, ਕੋਈ ਗੱਲ ਨਹੀਂ, ਸੂਰੀ ਦੀਆਂ ਗੱਲਾਂ ਹਰੇਕ ਨੇ ਸੁਣੀਆਂ, ਹਰੇਕ ਨੇ ਵੀਡੀਓ ਵੇਖੀਆਂ, ਅਸੀਂ ਇਹ ਚੀਜ਼ ਦਾ ਜਵਾਬ ਮੰਗ ਸਕਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਗੱਦੀਆਂ 'ਤੇ ਬਿਠਾਏ ਹੋਏ ਹੈ, ਠੀਕ ਹੈ ਜੀ। ਬਾਕੀ ਮੇਰਾ ਵੀਰ, ਮੈਂ ਹਰ ਵਕਤ ਇੱਕ ਹੀ ਗੱਲ ਕਰਦਾ ਕਿ ਯਾਰ ਕੋਈ ਕਿਸੇ ਨੂੰ ਭੀੜ ਪੈਂਦੀ ਹੈ, ਕਿਸੇ ਨੂੰ ਤੰਗੀ ਹੁੰਦੀ ਆ, ਤਾਂ ਸਾਰੇ ਵੀਰ ਸਾਡੇ ਉੱਥੇ ਪਹੁੰਚਦੇ ਆ, ਕਿਤੇ ਦੇਖਿਆ ਰਿਕਸ਼ਿਆਂ ਵਾਲੇ, ਕਿਤੇ ਦੇਖਿਆ ਝੁੱਗੀਆਂ ਵਾਲੇ, ਉੱਥੇ ਆਪਣੇ ਸਿੰਘ ਵੀਰ ਜਾ ਕੇ ਪਾਣੀ ਦੇਂਦੇ ਆ ਰਿਕਸ਼ੇ ਵਾਲਿਆਂ ਨੂੰ, ਕਦੀ ਕੁਛ ਦੇਂਦੇ, ਯਾਰ ਐਡੀ ਸ਼ੇਰਦਿਲ ਕੌਮ
ਨਹੀਂ ਲੱਭਣੀ ਤੁਹਾਨੂੰ ਵੀਰ ਮੇਰਿਓ, ਅਸੀਂ ਸਾਰੇ ਵੀਰਾਂ ਦਾ ਸਤਿਕਾਰ ਕਰਦੇ ਹਾਂ, ਹਿੰਦੂਆਂ ਦਾ, ਮੁਸਲਮਾਨਾਂ ਦਾ, ਇਸਾਈਆਂ ਦਾ, ਯਾਰ ਇੱਕ ਥਾਲੀ ਜਿਹੀ ਖਾਂਦੇ ਰਹੇ ਹਾਂ ਸਾਰਿਆਂ ਨਾਲ। ਪਰ ਤੁਸੀਂ ਯਾਰ ਆ ਸੂਰੀ ਨੇ ਮਾਹੌਲ ਖਰਾਬ ਕਰਨਾ ਲਾਇਆ, ਤੁਸੀਂ ਉਹਨੂੰ ਕਿਉਂ ਨਹੀਂ ਕਹਿੰਦੇ? ਅਤੇ ਉਸ ਤੋਂ ਬਾਅਦ ਮੈਨੂੰ ਪੁੱਛ ਲੈਣ ਦਿਓ, ਚਲੋ ਮੇਰਾ ਵੀਰ ਮੈਨੂੰ ਪੁੱਛ ਲੈਣ ਦਿਓ, ਮੈਂ ਪਰਸੋਂ ਨੂੰ ਇਕੱਠ ਕਰਨਾ ਅੰਮ੍ਰਿਤਸਰ 10 ਵਜੇ, 8 ਤਰੀਕ 10 ਵਜੇ ਮਾਲ ਮੰਡੀ। ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ, ਵੱਧ ਤੋਂ ਵੱਧ ਆਪਣਾ ਸਮਝ ਕੇ ਕੰਮ, ਇਹ ਸਿੱਖ ਕੌਮ ਦਾ ਨਹੀਂ ਆਪਣਾ ਕੰਮ ਸਮਝ ਕੇ, ਜਾਂ ਕਿਸੇ ਦਾ ਨਹੀਂ ਆਪਣਾ ਮੁੱਦਾ ਸਮਝ ਕੇ ਇਸ ਵੀਰ ਕੋ, ਕਿਉਂਕਿ ਅਸੀਂ ਪੁੱਛ ਸਕੀਏ ਕਿਸੇ ਨੂੰ। ਇਹ ਸ਼ੇਅਰ ਜ਼ਰੂਰ ਕਰਿਓ ਮੇਰਾ ਵੀਰ ਸਾਰੇ ਭਰਾ, ਕਿਉਂਕਿ ਇਹ ਵੀਡੀਓ ਪਰਸੋਂ ਤੱਕ ਹਰੇਕ ਸਿੰਘ ਕੋ ਪਹੁੰਚੇ ਜਿਹੜੇ ਵੀਰ ਸਾਡੇ ਸਾਰੇ ਪਹੁੰਚ ਸਕਣ। ਅਤੇ ਬਾਕੀ ਠੀਕ ਹੈ ਮੇਰਾ ਵੀਰ, ਮੈਂ ਇੰਨਾ ਹੀ ਕਹਿ ਸਕਦਾ ਯਾਰ, ਲੰਮੀ ਗੱਲ ਤਾਂ ਮੈਂ ਵੀ ਕੀ ਕਰਨੀ। ਅਤੇ ਜੇ ਸਿੰਘ ਆਏ ਨਾ, ਸਿੰਘਾਂ ਦਾ ਇਕੱਠ ਹੀ ਨਾ ਹੋਇਆ, ਅਤੇ ਯਾਰ ਵੀਰ ਕਸਮ ਹੈ ਪਰਮਾਤਮਾ ਦੀ, ਅੱਗੇ ਤੋਂ ਲਾਈਵ ਨਹੀਂ ਹੋਣਾ ਕਿਸੇ ਮੁੱਦੇ 'ਤੇ, ਲਾਈਵ ਨਹੀਂ ਹੋਣਾ। ਫਿਰ ਕੀ ਕਰਨਾ ਯਾਰ ਇਹੋ ਜਿਹੀ ਕੌਮ ਨੂੰ, ਜਾਂ ਇਹੋ ਜਿਹੇ ਸਿੰਘਾਂ ਨੂੰ, ਜਾਂ ਇਹੋ ਜਿਹੇ ਹਿੰਦੂਆਂ ਨੂੰ, ਇਹੋ ਜਿਹੇ ਮੁਸਲਮਾਨਾਂ ਵੀਰਾਂ ਨੂੰ, ਜੇ ਉੱਥੇ ਪਹੁੰਚੇ ਹੀ ਨਾ। ਠੀਕ ਨਹੀਂ ਮੇਰਾ ਵੀਰ? ਬਾਕੀ ਮੈਂ ਤਾਂ ਇਹੋ ਕਹੂੰਗਾ ਵੀਰੋ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਾਰੇ ਭਰਾਵਾਂ ਕੋਲ ਪਹੁੰਚੇ, ਅਤੇ ਗਰੁੱਪਾਂ 'ਚ ਵੀ ਮੈਂ ਛੱਡ ਦਿੰਦਾ ਵੀਡੀਓ। ਇਹ ਕਿਸੇ ਬੰਦੇ ਦੇ ਬਾਰੇ ਕੋਈ ਗਲਤ ਬੋਲਿਆ ਜਾਂਦਾ, ਕਿਸੇ ਕੌਮ ਬਾਰੇ ਬੋਲਿਆ ਜਾਂਦਾ, ਉਹਨੂੰ ਪੂਰਾ ਫਰਜ਼ ਹੈ ਪੁੱਛਣਾ ਵੀ ਕਿਉਂ ਬੋਲਿਆ ਜਾ ਰਿਹਾ। ਬਾਕੀ ਯਾਰ ਠੀਕ ਹੈ ਮੇਰਾ ਵੀਰ, ਜੇ ਮੈਂ ਥੋੜ੍ਹਾ ਗਲਤ ਬੋਲ ਗਿਆ ਵਾਂ ਵਿੱਚ, ਜਾਂ ਕੋਈ ਗੁੱਸੇ ਨਾਲ ਕੋਈ ਜ਼ਿਆਦਾ ਮੇਰਾ ਉੱਚੀ ਬੋਲ ਗਿਆ ਵਾਂ ਤੁਹਾਡੇ, ਕਿਉਂਕਿ ਤੁਸੀਂ ਮੇਰੇ ਰੱਬ ਵਰਗੇ ਭਰਾ ਹੋ ਸਾਰੇ, ਤੁਹਾਡੇ ਸਾਹਮਣੇ ਉੱਚੀ ਆਵਾਜ਼ 'ਚ ਗੱਲ ਕਰ ਗਿਆ ਵਾਂ, ਅਤੇ ਮੈਂ ਦੋਨੇ ਹੱਥ ਜੋੜ ਕੇ ਸੌਰੀ ਮੰਗਦਾ। ਅਤੇ ਕਿਉਂਕਿ ਮੈਂ ਤੁਹਾਡਾ ਬਹੁਤ ਫੈਨ ਹੈ ਮੇਰਾ ਵੀਰ, ਫੇਸਬੁੱਕ ਵਾਲਿਆਂ ਦਾ। ਅਤੇ ਠੀਕ ਹੈ ਮੇਰਾ ਭਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਹਿੰਦੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਉਹ ਨਾ ਹੀ ਖੇਡਣ ਤਾਂ ਚੰਗਾ ਹੈ, ਕਿਉਂਕਿ ਕੁਝ ਲੋਕਾਂ ਨੇ ਇਸ ਚੀਜ਼ ਦਾ ਤਾਂ ਜਿਵੇਂ ਠੇਕਾ ਹੀ ਲੈ ਲਿਆ ਹੈ ਕਿ ਕਿਸੇ ਨਾ ਕਿਸੇ ਧਾਰਮਿਕ ਮੁੱਦੇ ਦੇ ਉੱਤੇ ਮਹੀਨਾ ਟੱਪਦਿਆਂ ਹੀ ਸੋਸ਼ਲ ਮੀਡੀਆ ਉੱਤੇ ਕੁਝ ਨਾ ਕੁਝ ਅਜਿਹਾ ਬੋਲ ਕੇ ਪਾ ਦਿੱਤਾ ਜਾਵੇ ਜਿਹਦੇ ਕਰਕੇ ਉਹ ਲਾਈਮਲਾਈਟ ਦੇ ਵਿੱਚ ਆਉਣ, ਜਾਂ ਲੋਕਾਂ ਤੱਕ ਉਹ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਵੇ, ਜਾਂ ਉਹਨਾਂ ਨੂੰ ਮਾੜੀਆਂ ਚੰਗੀਆਂ ਰਿਪਲਾਈਜ਼ ਹੋਣ, ਤੇ ਫਿਰ ਉਹ 4 ਸਿਕਿਉਰਿਟੀ ਗਾਰਡਸ ਦੀ ਮੰਗ ਕਰ ਸਕਣ ਸਰਕਾਰ ਕੋਲੋਂ ਕਿ ਹੁਣ ਮੈਨੂੰ ਭਾਈ ਜਾਨ ਦਾ ਖਤਰਾ ਹੈ ਅਤੇ ਮੈਨੂੰ ਸਿਕਿਉਰਿਟੀ ਗਾਰਡਸ ਪ੍ਰੋਵਾਈਡ ਕਰਵਾਏ ਜਾਣ। ਜੀ ਹਾਂ, ਇਹ ਤੁਹਾਨੂੰ ਸੁਣਦੇ ਹੋਏ ਚਾਹੇ ਅਟਪਟਾ ਲੱਗ ਰਿਹਾ ਹੋਵੇ, ਪਰ ਇਹ ਇੱਕ ਕੌੜਾ ਸੱਚ ਹੈ ਅਜਿਹੀਆਂ ਘਟੀਆਂ ਅਤੇ ਮਾੜੀਆਂ ਬਿਆਨਬਾਜ਼ੀਆਂ ਦੇ ਪਿੱਛੇ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੀ ਰਾਏ ਵੀ ਜ਼ਰੂਰ ਦੇਣਾ, ਨੀਚੇ ਕਮੈਂਟਸ ਦੇ ਵਿੱਚ ਆਪਣੀਆਂ ਭਾਵਨਾਵਾਂ ਜ਼ਰੂਰ ਵਿਅਕਤ ਕਰਨਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।